ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ ਜੀ। ਦੇਖ ਸਕਦੇ ਹੋ ਅਸੀਂ ਮੇਨ ਦਰਬਾਰ ਹਾਲ ਦੇ ਵਿੱਚ ਅਸੀਂ ਖੜ੍ਹੇ ਹਾਂ ਜੀ। ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਅੱਜ ਦਰਸ਼ਨ ਵੀ ਕੀਤੇ ਗੁਰੂ ਮਹਾਰਾਜ ਦੇ। ਗੁਰੂ ਗ੍ਰੰਥ ਸਾਹਿਬ ਸਾਡੇ 11ਵੇਂ ਗੁਰੂ, ਅਤੇ ਹੁਣ ਅਸੀਂ ਇੱਥੇ ਅੱਜ ਨਾਨਕਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਇੱਕ ਮਨੁੱਖਤਾ ਦੀ ਸੇਵਾ ਵਾਲੇ ਪਰਪਜ਼ ਦੇ ਵਿੱਚ ਹੀ ਅਸੀਂ ਆਏ ਸੀ। ਅੱਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ। ਇੱਕ ਸਿੰਘ ਆ ਇੱਥੇ ਬੜੀ ਮਾੜੀ ਹਾਲਤ ਦੇ ਵਿੱਚ ਰਹਿ ਰਿਹਾ ਜੀ, ਪਿਛਲੇ 10 ਸਾਲਾਂ ਤੋਂ ਰਹਿ ਰਿਹਾ ਜੀ। ਲੰਗਰ ਆ ਜੀ, ਛੋਟਾ ਜਿਹਾ ਲੰਗਰ ਹਾਲ ਆ ਇੱਥੇ। ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਬਾਬਾ ਜੀ ਦੇ ਕਮਰੇ ਦੇ ਵਿੱਚ ਜਾ ਰਹੇ ਹਾਂ ਅਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਬਾਬਾ ਜੀ ਦੇ। ਸਾਰੇ ਵੀਰਾਂ ਨੂੰ ਜਿਹੜੇ ਬਾਬਾ ਜੀ ਇੱਥੇ ਰਹਿ ਰਹੇ ਆ, ਬੜੀ ਮਾੜੀ ਹਾਲਤ 'ਚ ਆ। ਉਹਨਾਂ ਦੀ ਲੱਤ ਦੇ ਉੱਪਰ ਬਹੁਤ ਵੱਡਾ ਜ਼ਖਮ ਆ ਜੀ, ਅਤੇ ਦੋਨਾਂ ਅੱਖਾਂ ਤੋਂ ਵੀ ਅਪਾਹਜ ਹੋਈ ਜਾ ਰਹੇ ਦਿਨੋਂ ਦਿਨ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਸਾਡੀ ਸੰਸਥਾ ਦੀ, ਅਤੇ ਵੀਰਾਂ ਨੇ ਸਾਨੂੰ ਫੋਨ ਕੀਤਾ ਸੀਗਾ ਅਤੇ ਅਸੀਂ ਉਹਨਾਂ ਦੇ ਫੋਨ 'ਤੇ ਵੀਰਾਂ ਦੇ ਇੱਥੇ ਪਹੁੰਚੇ ਹਾਂ ਜੀ। ਬਾਬਾ ਜੀ ਪੱਟੀ ਖੋਲ੍ਹ ਕੇ ਚੈੱਕ ਕਰ ਰਹੇ ਹਾਂ ਜ਼ਖਮ। ਜ਼ਖਮ ਕਾਫੀ ਮਾੜੀ ਹਾਲਤ 'ਚ ਆ, ਬਹੁਤ ਜ਼ਿਆਦਾ ਸਮੈਲ ਆ ਰਹੀ ਆ। ਬਾਬਾ ਜੀ ਪੱਟੀਆਂ ਵੀ ਆਪ ਹੀ ਕਰ, ਪੱਟੀ ਕੌਣ ਕਰਦਾ ਬਾਬਾ ਜੀ? ਆਪ ਹੀ ਕਰਨੀ ਪੈਂਦੀ ਆ ਜੀ। ਤੁਸੀਂ ਆਪ ਹੀ ਕਰਦੇ ਹੋ? ਕੀ ਲਗਾਉਂਦੇ ਹੋ? ਫਰਮੈਲ ਲਾਉਂਦੇ ਆ, ਤਾਂ ਹੀ ਤਾਂ ਕੰਮ ਖਰਾਬ ਹੋਇਆ ਹੋਇਆ ਜੀ। ਵਾਹਿਗੁਰੂ ਵਾਹਿਗੁਰੂ। ਇਹ ਫਰਮੈਲ ਲਗਾ ਕੇ ਪੱਟੀ ਕਰਦੇ ਆ ਜੀ ਇਹ ਬਾਬਾ ਜੀ। ਆਹ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਲੱਤ ਦਾ ਹਾਲ। ਬਾਬਾ ਜੀ ਦੇ ਅੱਖ ਦੇਖੋ, ਬਾਬਾ ਜੀ ਦੇ ਝੱਕ ਜਿਹੜੀ ਇੱਕ ਅੱਖ ਬਾਬਾ ਜੀ ਦੀ ਪੁਤਲੀ ਉਲਟ ਚੁੱਕੀ ਆ ਜੀ ਕਹਿੰਦੇ, ਅਤੇ ਇੱਕ ਦੂਸਰੀ ਅੱਖ ਦਾ ਵੀ ਨਿਗਾਹ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਜੀ। ਅਤੇ ਬਾਬਾ ਜੀ ਕਾਫੀ ਮਾੜੀ ਹਾਲਤ 'ਚ ਸੀਗੇ ਜੀ। ਸਾਨੂੰ ਇਹ ਵੀਰ ਆ ਗੁਰਪਾਲ ਸਿੰਘ ਜੱਸੜਾਂ ਪਿੰਡ ਤੋਂ, ਅਤੇ ਇਹ ਵੀਰ ਪਿੱਛੇ ਇੱਧਰ ਖੜ੍ਹੇ ਵੀਰ, ਇਹਨਾਂ ਨੇ ਸਾਨੂੰ ਜਗਦੇਵ ਇਹ ਬਾਈ ਜੀ ਇੱਥੇ ਕਰਦੇ ਨੇ ਸੇਵਾ ਨਾਲ, ਸਿੰਘ ਸਾਹਿਬ ਬਾਬਾ ਜੀ ਖੜ੍ਹੇ ਨੇ ਪਿੱਛੇ, ਅਤੇ ਇਹਨਾਂ ਨੇ ਸਾਰਿਆਂ ਨੇ ਸਹਿਯੋਗ ਨਾਲ ਅਸੀਂ ਅੱਜ ਇਹਨਾਂ ਦੀ ਸੇਵਾ ਲਈ ਇੱਥੇ ਪਹੁੰਚੇ ਹਾਂ। ਇਹਨਾਂ ਦਾ ਇਲਾਜ ਕਰਵਾਉਣ ਦਾ ਜਿੰਮਾ ਸਾਡੀ ਟੀਮ ਨੂੰ ਮਿਲਿਆ ਜੀ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਵੱਲੋਂ ਸੇਵਾ ਸਾਨੂੰ ਮਿਲੀ ਆ ਜੀ। ਅਤੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਲੱਤ ਦਾ ਹਾਲਾਤ ਬਹੁਤ ਹੀ ਮਾੜੇ ਆ ਜੀ। ਅਤੇ ਵੀਰ ਦੀ ਉਮਰ ਕਿੰਨੀ ਉਮਰ ਆ ਜੀ? 43 ਸਾਲ ਦੀ ਉਮਰ ਆ ਬਾਬਾ ਜੀ ਕਹਿ ਰਹੇ ਸੀ, ਪਰ ਵੀਰ ਮੇਰੀ 40 ਸਾਲ ਦੀ ਉਮਰ ਆ ਅਤੇ ਬਾਬਾ ਜੀ 43 ਆ, ਪਰ ਹਾਲਾਤ ਬੰਦੇ ਨੂੰ ਬਜ਼ੁਰਗ ਕਰ ਦਿੰਦਾ। ਕਿੰਨੇ ਸਾਲਾਂ ਤੋਂ ਬਾਬਾ ਜੀ ਇਹ? 10 ਸਾਲ ਹੋ ਗਏ। ਦਸ ਸਾਲਾਂ ਤੋਂ ਪੈਰ ਤੁਹਾਡਾ ਇੱਦਾਂ ਹੀ ਖਰਾਬ ਆ ਜੀ? ਇੱਦਾਂ ਖਰਾਬ ਆ। ਤੇ 10 ਸਾਲਾਂ ਤੋਂ ਫਿਰ ਤੁਸੀਂ ਕੀ ਇਲਾਜ ਕਰ ਰਹੇ ਹੋ ਜੀ ਇਹਦਾ? ਇਹਦਾ ਇਲਾਜ ਤਾਂ ਡਾਕਟਰ ਦਵਾਈ ਵੀ ਲਈ ਸੀਗੀ, ਉਹਨੇ ਦਵਾਈ ਦਾ ਕੰਮ ਨਹੀਂ ਕੀਤੀ, ਬਸ ਉੱਥੇ ਸੀ ਇਲਾਜ ਕਰਾਉਣੇ ਕਦੇ ਤੁਹਾਨੂੰ। ਤੁਸੀਂ ਪੱਟੀ ਆਪ ਕਰਦੇ ਹੋ? ਕਿੰਨੇ ਟਾਈਮ ਤੋਂ ਕਰ ਰਹੇ ਹੋ ਜਿਹੜੀ ਆਪ ਫਰਨੈਲ ਦੀ ਪੱਟੀ ਕਰ ਰਹੇ ਹੋ? ਇਹਨੂੰ ਹੋਈ ਗਏ ਘੱਟੋ ਘੱਟ ਦੋ ਤਿੰਨ ਮਹੀਨੇ ਜੀ। 3 ਮਹੀਨਿਆਂ ਤੋਂ ਤੁਸੀਂ ਯਾਨੀ ਕਿ ਫਰਨੈਲ ਦੀ ਪੱਟੀ ਕਰ ਰਹੇ ਹੋ? ਤੁਸੀਂ ਕਿਸੇ ਡਾਕਟਰ ਨੂੰ ਪੁੱਛਿਆ ਬਾਬਾ ਜੀ ਵੀ ਕੀ ਹੋਇਆ, ਕੀ ਹੋਇਆ ਸਰੀਰ ਨੂੰ, ਕਿਉਂ ਨਹੀਂ ਹਟ ਰਹੀ ਇਹ? ਦੱਸਿਆ ਨਹੀਂ ਬਾਬਾ ਜੀ। ਅਤੇ ਕਿਸੇ ਬਾਬਾ ਜੀ ਨੇ ਡਾਕਟਰ ਕੋਲ ਉਪਚਾਰ ਨਹੀਂ ਕਰਵਾ ਸਕੇ ਬਾਬਾ ਜੀ ਕਿਸੇ ਕਾਰਨਾਂ ਕਰਕੇ, ਅਤੇ ਬਾਬਾ ਜੀ ਹੁਣ ਇੱਥੇ ਆਪਦੇ ਕਮਰੇ 'ਚ ਹੀ ਪੈਂਦੇ ਆ ਇੱਥੇ, ਅਤੇ ਲੰਗਰ ਹਾਲ ਦੇ ਨਾਲ ਕਮਰਾ ਵਾ, ਬਰਤਨ ਵਗੈਰਾ ਸਾਰੇ ਪਿੱਛੇ ਦੇਖ ਸਕਦੇ ਹੋ ਤੁਸੀਂ, ਸਾਰੇ ਪਏ ਆ, ਅਤੇ ਸਟੋਰ ਪਏ ਹੈਗਾ ਜੀ। ਅਤੇ ਗੁਰੂ ਮਹਾਰਾਜ ਨੇ ਹੁਣ ਡਿਊਟੀ ਸਾਡੀ ਟੀਮ ਦੀ ਲਾਈ ਆ ਜੀ, ਅਤੇ ਅਸੀਂ ਇਹਨਾਂ ਦੀ ਸੇਵਾ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਸੇਵਾ ਨਿਭਾਵਾਂਗੇ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਬਾਬਾ ਜੀ ਤੇ ਵੀ ਠੀਕ ਹੋ ਜਾਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਬਾਬਾ ਜੀ ਨਾਮ ਕੀ ਹੈ ਤੁਹਾਡਾ? ਨਾਮ ਜਗਦੀਸ਼ ਸਿੰਘ ਆ ਜੀ। ਜਗਦੀਸ਼ ਸਿੰਘ ਨਾਮ ਆ ਜੀ ਇਹਨਾਂ ਦਾ। ਕਿਹੜੇ ਪਿੰਡ ਤੋਂ ਵੈਸੇ ਤੁਸੀਂ? ਪਿੰਡ ਦਾਖਾ ਜੀ। ਦਾਖਾ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਜੀ ਨਾਨਕਸਰ ਸਾਹਿਬ? ਇੱਥੇ 8 ਸਾਲ ਹੋ ਗਏ ਜੀ। 8 ਸਾਲ ਤੋਂ ਇੱਥੇ ਰਹਿ ਰਹੇ ਹੋ ਤੁਸੀਂ, ਅਤੇ ਇੱਥੇ ਕੀ ਸੇਵਾ ਕਰਦੇ ਹੋ ਤੁਸੀਂ? ਇੱਥੇ ਰਾਤ ਨੂੰ ਮੇਰਾ ਪਹਿਰਾ ਸ਼ੀਸ਼ ਮਹਿਲ ਹੁੰਦਾ ਜੀ। ਸ਼ੀਸ਼ ਮਹਿਲ 'ਚ ਪਹਿਰਾ ਲਾਉਂਦੇ? ਹਾਂਜੀ, ਫਿਰ ਇੱਥੇ 9 ਵਜੇ ਤੋਂ ਲੈ ਕੇ ਸਵੇਰ ਲੰਗਰ ਦੀ ਡਿਊਟੀ ਕਰਦੇ ਹਾਂ ਜੀ। ਸਵੇਰੇ ਲੰਗਰ ਦੀ ਡਿਊਟੀ? ਹਾਂਜੀ, ਸਵੇਰੇ ਲੰਗਰ ਦੀ ਡਿਊਟੀ। ਚਲੋ ਗੁਰੂ ਮਹਾਰਾਜ ਕਿਰਪਾ ਕਰਨ ਦੀ, ਸੱਚੇ ਪਾਤਸ਼ਾਹ ਬਾਬਾ ਜੀ ਦੇ ਠੀਕ ਹੋ ਜਾਣ ਜੀ ਇਹ। ਅਤੇ ਬੜੀ ਮਾੜੀ ਹਾਲਤ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ ਜੇ ਆਪਣੇ ਗੁਰਦੁਆਰਿਆਂ ਦਾ ਜਾਂ ਧਾਰਮਿਕ ਸਥਾਨਾਂ ਦਾ ਵੀ ਇਹ ਹਾਲ ਆ ਵੀ
ਉੱਥੇ ਵੀ ਬਾਬਾ ਜੀ ਇੱਦਾਂ ਦੇ ਬੰਦੇ ਰਹਿ ਰਹੇ ਆ ਵੀਰ, ਜਿਨ੍ਹਾਂ ਦੇ ਪੈਰਾਂ ਦੇ ਵਿੱਚ 10 ਸਾਲਾਂ ਤੋਂ ਜ਼ਖਮ ਦੱਸਦੇ ਆ ਵੀਰ, ਗਲ ਚੁੱਕੀ ਆ ਲੱਤ ਬਿਲਕੁਲ, ਫਰਨੈਲ ਦੀ ਪੱਟੀ ਖੁਦ ਆਪ ਕਰਦੇ ਆ, ਇੱਕ ਫਰਨੈਲ ਜਿਹੜੀ ਹੁੰਦੀ ਆ ਪੋਚੇ ਲਾਉਣ ਵਾਲੀ, ਉਹ ਪਾ ਕੇ ਉੱਪਰ ਕੱਪੜਾ ਬੰਨਦੇ ਆ ਜੀ। ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਬਾਬਾ ਜੀ ਦਾ ਜ਼ਖਮ ਅਤੇ ਬਾਬਾ ਜੀ ਦੇ ਹਾਲਾਤ ਨੇ। ਵਿਆਹ ਹੋਇਆ ਸੀ, ਲਾਟੀ ਵੀ ਸੀ, ਉਹ ਘਰ ਵੀ ਖਾਇਆ ਛੱਡ ਕੇ ਚਲੀ ਗਈ, ਆਰਾਮ ਨਹੀਂ ਸੀ ਉਹਨਾਂ ਅੱਗੇ, ਕਮਾਈ ਨਹੀਂ ਸੀ। ਤੁਸੀਂ ਦੇਖ ਸਕਦੇ ਹੋ ਏਡਾ ਵੱਡਾ ਜ਼ਖਮ ਲੈ ਕੇ 8-10 ਸਾਲਾਂ ਤੋਂ ਬਾਬਾ ਜੀ ਜ਼ਖਮ ਨੂੰ ਸੇਜ ਕੇ ਤੁਰੇ ਫਿਰਦੇ ਆ, ਕੋਈ ਇਲਾਜ ਨਹੀਂ ਹੋ ਸਕਿਆ। ਅਤੇ ਇਲਾਜ ਜਿਹੜਾ ਕਿ ਬਹੁਤ ਜ਼ਰੂਰੀ ਸੀਗਾ, ਮੈਨੂੰ ਬਾਬਾ ਜੀ ਦੱਸਦੇ ਕਿਸੇ ਵੱਡੇ ਹੋਸਪਿਟਲਾਂ ਦੇ ਵਿੱਚ ਜਾਂ ਵੱਡੇ ਡਾਕਟਰਾਂ ਨੂੰ ਮਿਲੇ ਨੀਗੇ, ਜਾਂ ਇਹਨਾਂ ਦਾ ਟ੍ਰੀਟਮੈਂਟ ਨਹੀਂ ਹੋਇਆ।